ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜਿਓ ਜਿਨ੍ਹਾਂ ਜਿਨ੍ਹਾਂ ਨੇ ਮਨ ਨੂੰ ਸਾਧਨ ਹੈ ਉਹ ਗੁਰਬਾਣੀ ਨਾਲ ਜੁੜ ਜਾਂਦੇ ਹਨ ਗੁਰਬਾਣੀ ਨੂੰ ਸਮਝਦੇ ਹਨ ਗੁਰਬਾਣੀ ਦੇ ਹੁਕਮ ਕੀ ਹਨ ਸੇਵਕ ਬਣ ਕੇ ਗੁਰਬਾਣੀ ਦੀ ਸਿੱਖਿਆ ਨੂੰ ਮੰਨ ਲੈਂਦੇ ਹਨ ਸਿੱਖੀ ਨੂੰ ਕਮਾਉਂਦੇ ਹਨ ਸਤਗੁਰਾਂ ਦੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆ order ਹਨ ਹੁਕਮ ਹਨ ਦੋਹਰਾ ਪੜ੍ਹਦੇ ਹਾਂ ਭਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਜ਼ ਮਾਈ ਆਰਡਰ ਟੂ ਆਲ ਸਿਕਸ ਯੂਅਰ ਗੁਰੂ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੋਰਐਵਰ ਆਫਟਰ ਮੀ ਸਾਡੇ ਤੋਂ ਬਾਅਦ ਵਿੱਚ ਸ਼ਬਦ ਤੁਹਾਡਾ ਗੁਰੂ ਹੈ ਗੁਰਬਾਣੀ ਤੁਹਾਡੀ ਗੁਰੂ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਰੂ ਹਨ ਜੋ ਇਹ ਕਹਿਣ ਇਹਨਾਂ ਦਾ ਹੁਕਮ ਮੰਨਣਾ ਤੁਹਾਡੇ ਅੱਗੇ ਦੁੱਖ ਕਦੀ ਨਹੀਂ ਆਵੇਗਾ ਸਦਾ ਸੁਖੀ ਬਸੋਗੇ ਸਦਾ ਸੁਖੀ ਬਸੋਗੇ ਸਰਬੱਤ ਦਾ ਭਲਾ ਮੰਗਣਾ ਧੰ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਮੰਨ ਲੈਣੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ ਥੋੜਾ ਕੁ ਟਾਈਮ ਇਸ ਮਨ ਨੂੰ ਧੰ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰ ਕਰੀਏ ਕਿਉਂਕਿ ਮਨ ਹਾਜ਼ਰ ਨਹੀਂ ਰਹਿੰਦਾ ਭੱਜਾ ਫਿਰਦਾ ਹੈ ਏਕ ਨਿਮਖ ਮਹਾਂਚਾਰ ਕੁੰਟ ਫਿਰਿਆਵੇ ਇੱਕ ਨਿਮਖ ਵਿੱਚ ਕੁਝ ਸੈਕਿੰਡ ਲੱਗਦੇ ਹਨ ਚੌਹਾਂ ਪਾਸਿਆਂ ਤੋਂ ਦੌੜ ਭੱਜ ਕੇ ਫਿਰ ਆ ਕੇ ਬਾਡੀ ਦੇ ਵਿੱਚ ਵੜ ਜਾਂਦਾ ਹੈ ਸਰੀਰ ਦੇ ਵਿੱਚ ਹਾਜ਼ਰ ਹੋ ਜਾਂਦਾ ਹੈ ਸੁੱਤਾ ਪਿਆ ਹੋਵੇ ਜੇ ਕੋਈ ਆਵਾਜ਼ ਮਾਰੇ ਕਿਸੇ ਦੂਜੀ ਕੰਟਰੀ ਵਿੱਚ ਫਿਰਦਾ ਪਿਆ ਹੋਵੇ ਮਨ ਤਾਂ ਵੀ ਜੇ ਕੋਈ ਆਵਾਜ਼ ਮਾਰੇ ਇੱਕ ਸੈਕਿੰਡ ਦੇ ਵਿੱਚ ਆ ਕੇ ਦੇਹ ਦੇ ਵਿੱਚ ਹਾਜ਼ਰ ਹੋ ਜਾਂਦਾ ਹੈ ਮਨ ਦਾ ਉਠ ਬਹਿੰਦਾ ਹੈ ਸੁੱਤਾ ਹੋਇਆ ਪਹਿਲਾ ਮਨ ਖਬਰੇ ਕਿੱਥੇ ਗਿਆ ਹੋਇਆ ਸੀ ਪਰ ਕਿਸੇ ਨੇ ਆਵਾਜ਼ ਮਾਰੀ ਇੰਨਾ ਲੰਮਾ ਸਫਰ ਜਿਹੜਾ ਸੀ ਇੱਕ ਸੈਕਿੰਡ ਵਿੱਚ ਹੀ ਕਰਕੇ ਤੇ ਹਾਜ਼ਰ ਹੋ ਗਿਆ ਜੇ ਮਨ ਹਾਜ਼ਰ ਹੈ ਤਾਂ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ ਮਨ ਹਾਜ਼ਰ ਨਾ ਹੋਵੇ ਤੇ ਮਨ ਜੋ ਕਰਮ ਕਰਦਾ ਹੈ ਕਰਮੀ ਆਪੋ ਆਪਣੀ ਆਪੋ ਆਪਣੇ ਕਰਮਾਂ ਦੇ ਮੁਤਾਬਕ ਦਦਾ ਦੋਸਨ ਦੇਉ ਕਿਸੇ ਦੋਸ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਤੋ ਉਸਨਾਂ ਦੀਜੇ ਅਵਰਜਨਾ ਜੋ ਜੋ ਕਰਮ ਕਰਦਾ ਹੈ ਉਹਨੂੰ ਫਲ ਲੱਗ ਜਾਂਦੇ ਹਨ ਉਹ ਫਲ ਫਿਰ ਇਸ ਮਨ ਨੂੰ ਆਪ ਹੀ ਖਾਣੇ ਪੈਂਦੇ ਹਨ ਨਾਲ ਹੀ ਤਨ ਬਾਡੀ ਦੇ ਵੀ ਦੁਖੀ ਹੁੰਦੀ ਹੈ ਆਉ ਕੜੀ ਸਤਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਮਨ ਜੋੜੀਏ ਸਲੋਕ ਦੇਨ ਹਾਰ ਪ੍ਰਭ ਛੋਡ ਕੇ ਲਗਹਿਆਨ ਸੋ ਆਏ ਦੇਨ ਹਾਰ ਪ੍ਰਭ ਛੋਡ ਕੇ ਦੇਨ ਹਾਰ ਪ੍ਰਭ ਛੋਡ ਕੇ ਲਗ ਹੈ ਆਨ ਸੋ ਆਏ ਲਗ ਹੈ ਆਨ ਸੋ ਆਏ ਸਤ ਲੋਕ ਦੇ ਬਚਨ ਹਨ ਆਕਾਲ ਪੁਰਖ ਵਾਹਿਗੁਰੂ ਜੀ ਦੇ ਕਰੋ ਆਏ ਹੋਏ ਇਹ ਪਵਿੱਤਰ ਪਾਵਨ ਗੁਰਬਾਣੀ ਹੈ ਸੁਖਮਨੀ ਸਾਹਿਬ ਜੀ ਜਿਸ ਦੇ ਉਚਾਰਣ ਕੀਤੇ ਹਨ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਤਿਗੁਰੂ ਜੀ ਫਰਮਾਉਂਦੇ ਹਨ ਭਾਨ ਗੁਰੂ ਅਰਜਨ ਦੇ ਮਹਾਰਾਜ ਐਕਸਪਲੇਨ ਜ਼ਿੰਦਾ ਗੁਰਬਾਣੀ ਸੁਖਮਨੀ ਸਾਹਿਬ ਜੀ 1 who renounces god akal purakh vahguru ji almighty god vahguru ji the giver and attaches himself to other affairs jinniya daatao swai guru jinne dittiyan han puttar tiyan kutamb parivar maal swab pata nahi ki ki bande ne jodya hoya hai ki ki apne kabje vich kita hoya hai ਦਿਲ ਕਬਜ ਕਬਜਾ ਕਾਦਰੋ ਤੋ ਉਚਕ ਸਜਾਇ ਵਾਹਿਗੁਰੂ ਬਖਸ਼ ਲਓ ਸਤਿਗੁਰੂ ਜੀ ਮਿਹਰ ਕਰੋ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਵਨ ਹੋ ਰੀਨਾਊਂਸਸ ਗੌਡ ਆ ਕਾਲਪੁਰਖ ਵਾਹਿਗੁਰੂ ਜੀ ਦਾ ਗਿਵਰ ਐਂਡ ਅਟੈਚਸ ਹਿਮਸੈਲਫ ਟੂ ਅਦਰ ਅਫੇਅਰਸ ਸਾਰੀਆਂ ਦਾਤਾਂ ਜੋ ਮਾਲਕ ਨੇ ਦਿੱਤੀਆਂ ਹਨ ਦਾਤਾ ਹੀ ਪਿਆਰੀਆਂ ਲੱਗਣ ਲੱਗ ਪਈਆਂ ਦਾਤਾਰ ਵਿਸਰ ਗਿਆ ਕਾਲਪੁਰਖ ਵਾਹਿਗੁਰੂ ਜੀ ਦਾਤ ਪਿਆਰੀ ਵਿਸਰਿਆ ਦਾਤਾਰਾ ਜਿਨ੍ਹਾਂ ਨੇ ਦਾਤਾਂ ਦਿੱਤੀਆਂ ਪੁੱਤਰ ਦਿੱਤੇ ਧੀਆਂ ਦਿੱਤੀਆਂ ਕੁਟੰਬ ਸਾਰਾ ਪਰਿਵਾਰ ਬਖਸ਼ਿਸ਼ ਕੀਆ ਕੀਤਾ ਬਾਰੇ ਵਿਵਸਥਾ ਤੁਜੇ ਪਿਆਰੇ ਦੁੱਧ ਪਰ ਜੋ ਬਨ ਭੋਜਨ ਸੁਖ ਸੋਦ ਵਿਰਧ ਪਿਆਉ ਪਰ ਸਾਖ ਸੈਨ ਮੁਖ ਆਪਿਐ ਬੈਠ ਕੋਦੈਨ ਜਿਨਨੇ ਸਭ ਕੁਝ ਦਿੱਤਾ ਆਕਾਲਪੁਰਖ ਵਾਹਿਗੁਰੂ ਜੀ ਨੇ ਉਸ ਨੂੰ ਇਹ ਮਨ ਛੱਡ ਬੈਠਾ ਬੰਦਾ ਛੱਡ ਬੈਠਾ ਲਗਹਿਆਨ ਸਵਾਏ ਹੋਰ ਹੀ ਦੁਨੀਆ ਦੇ ਸਵਾਦਾਂ ਵਿੱਚ ਇਹ ਮਨ ਲੱਗ ਗਿਆ ਇੰਨੇ ਸਵਾਦ ਵਧਾਲੈ ਅਦਿਕ ਸਵਾਦ ਅਦਕ ਤਨ ਰੋਗ ਜਿੰਨੇ ਸਵਾਦ ਜਿਆਦਾ ਵਧਾ ਲੈ ਟੇਸਟ ਓਨੇ ਰੋਗ ਲੱਗ ਗਏ ਇਸ ਤਨ ਨੂੰ ਤੇ ਮਨ ਨੂੰ ਨਾਨਕ ਕਹੂ ਨ ਸਿ ਜਈ ਪਾਨ ਗੁਰੂ ਨਾਨਕ ਦੇ ਮਹਾਰਾਜ ਜੀ ਸੇਜ ਨਾਨਕ ਹੀ ਸ਼ੈਲ ਨੈਵਰ ਸਕਸੀਡ ਬੇਨਾਂ ਬੇ ਪਤ ਜਾਏ ਵਿਦਆਊਟ ਦਾ ਨੇਮ ਅਕਾਲ ਪੁਰਖ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਹੀ ਸ਼ੈਲ ਲੂਜ਼ ਹਿਸ ਓਨ ਵਾਹਿਗੁਰੂ 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 ਕਿਰਪਾ ਕਰੋ ਇਦਾਂ ਦੇ ਸੁਭਾਅ ਵਾਲਾ ਮਨ ਸੁਬਾਦਾਂ ਚ ਪਿਆ ਹੋਇਆ ਉਲਝਿਆ ਹੋਇਆ ਅਧਿਕ ਸਵਾਦ ਅਧਿਕ ਤਨ ਰੋਗ ਜਿਨੇ ਮਨ ਨੂੰ ਪੰਨ ਜਿਸ ਮਨ ਨੇ ਤਾਨੂੰ ਨੂੰ ਹੀ ਰੋਗੀ ਬਣਾ ਲਿਆ ਬਿਮਾਰੀਆਂ ਲੱਗ ਗਈਆਂ ਰਾਤ ਦਿਨੇ ਦਵਾਈਆਂ ਦਵਾਈਆਂ ਖਾਈ ਜਾਂਦਾ ਹੈ ਕਿਉਂਕਿ ਰੋਗ ਲੱਗ ਗਏ ਇਸ ਜੀਬਾ ਦੇ ਨਾਲ ਅਧਿਕ ਸਵਾਦਾਂ ਦੇ ਨਾਲ ਪੜਿਆ ਕਰੋ ਅਧਿਕ ਸਵਾਦ ਅਧਕ ਤਨ ਰੋਗ ਅਧਕ ਕਹਿੰਦੇ ਨੇ ਬਹੁਤੇ ਸਵਾਦਾਂ ਕਰਕੇ ਬਹੁਤੇ ਰੋਗ ਚੰਬੜ ਗਏ ਇਸ ਦੇਹ ਨੂੰ ਮਿੱਠਾ ਕਰਕੇ ਖਾਇਆ ਤੈਨੂੰ ਤਨ ਕੀਤਾ ਰੋਗ ਮਿੱਠਾ ਤੇ ਲੱਗਿਆ ਪਰ ਰੋਗ ਹੀ ਰੋਗ ਚੰਬੜ ਕੇ ਹੈ ਨਾਨਕ ਕਹੋ ਨਾ ਸਿ ਜਈ ਬਿਨ ਨਾ ਵੈ ਪਤ ਜਾਏ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਸੇਜ ਨਾਨਕ ਹੀ ਸ਼ਲ ਨੈਵਰ ਸਕਸੀਡ ਵਿਦਆਊਟ ਦਾ ਨੇਮ ਹੀ ਸ਼ਲ ਲੂਜ਼ ਹਿਸ ਔਨਰ ਨਾਮ ਤੋਂ ਬਿਨਾ ਦਰਗਾਹ ਦੇ ਵਿੱਚ ਇੱਜ਼ਤ ਨਹੀਂ ਹੁੰਦੀ ਵਾਹਿਗੁਰੂ 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 वाहे गुरु 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 अष्टपदी दस ले पाछ पावे दस वस्तु ले पाछ पावे वाहे गुरु ਪਾਣ ਗੁਰੂ ਅਰਜਨ ਦੇ ਮਹਾਰਾਜ ਐਕਸਪਲੇਨ ਜ਼ਿੰਦਾਗੁਰਬਾਨੀ ਹੀ ਓਬਟੇਨਸ 10 ਥਿੰਗਸ ਐਂਡ ਪੁਟਸ ਥੈਮ ਬਿਹਾਈਂਡ ਹਿਮ ਵਾਹਿਗੁਰੂ ਜੀ ਕੋਲੋਂ ਜਿਵੇਂ 10 ਚੀਜ਼ਾਂ ਲੈ ਕੇ ਬੰਦਾ ਸਾਹਮ੍ਹ ਲੈਂਦਾ ਹੈ ਸੰਭਾਲ ਲੈਂਦਾ ਹੈ ਵਾਹਿਗੁਰੂ ਇੱਕ ਬਸਤ ਕਾਰਨ ਬੇਖੋਟ ਗਵਾਵੈ ਫॉर द ਸੇਕ ਆਫ ਵਨ ਥਿੰਗ ਵਿਦ ਹੈਲਡ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੇ he forfeits his faith ਇੱਕ ਚੀਜ਼ ਲਈ ਆਪਣਾ ਭਰੋਸਾ ਗਵਾ ਬੰਦਾ ਹੈ ਸ਼ੁਕਰ ਕਰਨਾ ਸੀ ਧੰਨਵਾਦ ਕਰਨਾ ਸੀ ਵਾਹਿਗੁਰੂ ਜੀ ਤੁਸਾਂ ਦਾ ਸ਼ੁਕਰ ਹੈ ਤੁਸਾਂ ਮੈਨੂੰ ਐਂਦਾ ਕੁਝ ਦਿੱਤਾ ਹੋਇਆ ਹੈ ਇੱਕ ਚੀਜ਼ ਨਾ ਮਿਲਣ ਦੇ ਕਾਰਨ ਪਰੋਸਾ ਗਵਾ ਬੈੰਦਾ ਹੈ ਇੱਕ ਬਸਤ ਕਾਰਨ ਬੇਖੋਟ ਗਵਾਵੇ ਜਿਹੜੀ ਚੀਜ਼ ਮੰਗਦਾ ਹੈ ਜੇ ਉਹ ਨਹੀਂ ਮਿਲਦੀ ਤੇ ਪਹਿਲੀਆਂ ਦਾ ਪਰੋਸਾ ਵੀ ਗਵਾ ਲੈਂਦਾ ਹੈ ਮਨ ਵਿੱਚ ਗਿੱਲਾ ਕਰਨ ਲੱਗ ਪੈਂਦਾ ਹੈ ਮੈਨੂੰ ਰੱਬ ਨੇ ਕੀ ਦਿੱਤਾ ਹੈ ਉਹ ਪਹਿਲੀਆਂ ਚੀਜ਼ਾਂ ਤੈਨੂੰ ਕਿਉਂ ਭੁੱਲ ਗਈਆਂ ਬੰਦਿਆ ਕਿੰਨਾ ਕੁਝ ਹੈ ਤੇਰੇ ਕੋਲ ਇੱਕ ਬਸਤ ਕਾਰਨ ਬੇਖੋਟ ਗਵਾਵੇ ਪਰ ਦਸੇ ਇੱਕ ਵਨ ਥਿੰਗ ਵਿਦਹੈਲਡ ਇਫ ਆਫ ਇਟਸ ਹਿਸ ਫੈਥ ਭਰੋਸਾ ਗਵਾਹਿੰਦਾ ਹੈ ਵਾਹਿਗੁਰੂ ਪਿੱਛੇ ਵੀ ਤੱਕਣਾ ਚਾਹੀਦਾ ਹੈ ਰੱਬ ਨੇ ਕੀ ਕੀ ਤੈਨੂੰ ਦਿੱਤਾ ਹੈ ਜਿਹੜੀ ਦੇਹ ਦੇ ਵਿੱਚ ਤੂੰ ਗਿਲਾ ਪਿਆ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਰੱਬ ਨਾਲ ਉਹ ਦੇਹ ਵੀ ਤੈਨੂੰ ਰੱਬ ਨੇ ਦਿੱਤੀ ਹੈ ਜਿੰਨ ਨੂੰ ਤੋ ਕਹਿਣਾ ਹੈ ਮਾਈ ਓਨ ਬਾਡੀ ਉਹ ਵੀ ਤੇ ਮਾਲਕ ਨੇ ਦਿੱਤੀ ਹੈ ਇੱਕ ਵੀ ਨੰਦੇ 10 ਵੀ ਹਰ ਲੈ ਵਾਹਿਗੁਰੂ 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 ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਵੀ ਨਾ ਦੇ 10 ਵੀ ਹਰੇ ਲੈ ਤਨ ਗੁਰੂ ਅਰਜਨ ਦੇ ਮਹਾਰਾਜ ਐਕਸਪਲੇਨਸ ਇੰਦਾ ਗੁਰਬਾਣੀ ਵਟ ਵਟ if that one things were not given but what if that one things were not given and the 10 were taken away ik teej vi na tannu deve das vi teriyan pehliyan kho love tu ki kar lovenga ta mudaa ਕਾ ਕਰੇ ਤਨ ਗੁਰੂ ਅਰਜਨ ਦੇਵ ਜੀ ਸੇ ਤਉ ਮੂੜਾ ਕਹੋ ਕਹਾ ਕਰੇ ਥੈਨ ਵਟ ਕੁਡ ਦ ਫੂਲ ਸੇ ਆਉ ਡੂ ਐ ਮੂਰਖ ਮਨ ਫਿਰ ਕੀ ਕਰੇਗਾ ਜੇ ਪਹਲੀਆਂ ਵੀ ਰੱਬ ਨੇ ਖੋਲ ਲਈਆਂ ਡੜੀਆਂ ਤੈਨੂੰ ਦਿੱਤੀਆਂ ਹੋਈਆਂ ਹਨ ਨਾ ਗਿੱਲਾ ਕਰਿਆ ਕਰ ਜੋ ਰੱਬ ਦੇ ਰਿਆ ਹੈ ਉਹਦੇ ਵਿੱਚ ਖੁਸ਼ ਰਿਆ ਕਰ ਹੈਪੀ ਰਿਆ ਕਰ ਕੋਈ ਰਾਹ ਬਣਾਉਲ ਕੋਈ ਚਾਰਾ ਨਹੀਂ ਬੰਦੇ ਤਾਂ ਤੇਰਾ ਹੁਕਮ ਨਹੀਂ ਚੱਲਦਾ ਰੱਬ ਦਾ ਹੁਕਮ ਚੱਲਦਾ ਹੈ ਵਾਹਿਗੁਰੂ ਜੀ ਦਾ ਅਕਾਲ ਪੁਰਖ ਜੀ ਦਾ ਹੁਕਮ ਚੱਲਦਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪੂਰੀ ਦੁਨੀਆ ਜਿੰਨੀ ਵੀ ਰਚਨਾ ਰਚਾਈ ਹੋਈ ਹੈ ਅਕਾਲ ਪੁਰਖ ਜੀ ਨੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲ ਰਹੀ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ जैस ठाकुर स्यो ना ही चारा जैस ठाकुर सि्यों नाही चारा अवर गॉड अलमाइटी गॉड इको अंकार जी अकाल पुरख वाहिगुरु जी cannot be moved by force ਜੇ ਸਵਾਇ ਗੁਰੂ ਜੀ ਦੇ ਨਾਲ ਐ ਬੰਦਿਆ ਪੇਸ਼ ਹੀ ਨਹੀਂ ਜਾਂਦੀ ਨਹੀਂ ਗਿੱਲਾ ਕਰੀਦਾ ਅਰਦਾਸ ਕਰੀਦੀ ਹੈ ਸਤਗੁਰੂ ਜੀ ਮਿਹਰ ਰੱਖਣੀ ਦਇਆ ਕਰਨੀ ਰਹਿਮ ਕਰਨਾ ਤੁਹਾਡੀ ਰਹਿਮ ਤੁਹਾਡੇ ਰਹਿਮ ਦੇ ਵਿੱਚ ਹੀ ਸਾਰੇ ਸੁੱਖ ਹਨ ਰਹਿਮ ਤੇਰੀ ਸੁੱਖੋ ਪਾਇਆ ਅਰਦਾਸ ਕਰਨੀ ਹੈ ਜੇ ਸਠਾ ਕੋ ਰਸਿਓ ਨਹੀਂ ਚਾਰਾ ਤਾ ਕੋ ਕੀ ਜੈ ਸਦਨਮ ਸਕਾਰam ਧੰਨ 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 ਗੁਰੂ ਅਰਜਨ ਦੇ ਮਹਾਰਾਜੀ ਐਕਸਪਲੇਨਸ ਇੰਦਾ ਗੁਰਬਾਣੀ ਸੁਖਮਨੀ ਸਾਹਿਬ ਜੀ ਅਨ ਟੂ ਹਿਮ ਬਾਓ ਹਾਏਵਰ ਇਨ adoration unto him bow however in adoration shraddha bhavna rakhni chahiye bharosa rakhna chahiye pooja karni chahiye namaskar karni chahiye dhan guru granth sahib ji agge matha tekna chahiye parvan ho janda hai ਵਾ ਕੋ ਕੀ ਜੈ ਸਦਨਮ ਸਕਾਰਾ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿਆ ਕਾਲ ਮੂਰਤਿ ਜੋਨੀ ਸੈਭੰ ਗੁਰ ਪ੍ਰਸਾਦ ਜਾਪੋ ਆਦਿ ਸੱਚ ਜੋਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਨ ਟੂ ਹਿਮ ਬਾਵ ਹਾਊਐਵਰ ਇਨ ਅਡਰੇਸ਼ਨ ਵਾਹਿਗੁਰੂ ਜੀ ਦੇ ਅੱਗੇ ਸਿਰ ਨਿਮੋਣਾ ਹੀ ਚਾਹੀਦਾ ਹੈ ਨਿਮੋਣਾ ਹੀ ਠੀਕ ਹੈ ਨਿਵਣਾ ਹੀ ਚੰਗਾ ਹੈ ਸਤਿਗੁਰੂ ਅੱਗੇ ਟੈ ਪੋ ਲੰਮੇ ਪੈ ਜਾਓ ਡੰਡਉ ਤਬੰਦਨ ਅਨਕਬਾਰ ਸਰਬ ਕਲਾ ਸਮਰਾਟ ਸਭ ਕੁਝ ਮਿਲ ਜਾਵੇਗਾ ਜਿਹੜੀ ਚੀਜ਼ ਤੈਨੂੰ ਨਹੀਂ ਮਿਲੀ ਉਹ ਵੀ ਮਿਲ ਜਾਵੇਗੀ ਸਤਿਗੁਰੂ ਜੀ ਦੇ ਅੱਗੇ ਟੈਪ ਹੈ ਨਿਮਰਤਾ ਨਾਲ ਹੰਬਲ ਮਨ ਕਰਕੇ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਸਤਿਗੁਰੂ ਜੀ ਅੱਗੇ ਅਕਾਲ ਪੁਰਖ ਜੀ ਅੱਗੇ ਵਾਹਿਗੁਰੂ ਜੀ ਅੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਸਿਰ ਨਿਮੋਣਾ ਹੀ ਭਲਾ ਹੈ ਜਾ ਕੈ ਮਨ ਲਾਗਾ ਪ੍ਰਭ ਮਿੱਠਾ ਵਾਹਿਗੁਰੂ 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 ਸਤਨਾਮ 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 ਜਪ ਮੰਨ ਸਤਨਾਮ ਸਦਾ ਸਤਨਾਮ ਜਪ ਕੈ ਮਨ ਲਾਗਾ ਪ੍ਰਭ ਮਿਠਾ ਸਤਗੁਰੂ ਜੀ ਸੇਜ਼ ਦੈਟ ਵਨ ਅੰਟੂ ਹੂਜ਼ ਮਾਈਂਡ ਅਲਮਾਈਟੀ ਗੋਡੇ ਕੋ ਅੰਕਾਰ ਜੀ ਸੇਮਸ ਸਵੀਟ ਗੇਦੀ ਮਨ ਨੂੰ ਵਾਹਿਗੁਰੂ ਜੀ ਪਿਆਰੇ ਲੱਗਦੇ ਹਨ ਸੁੰਦਰ ਲੱਗਦੇ ਹਨ ਸੋਹਣੇ ਲੱਗਦੇ ਹਨ ਬਹੁਤਿਆਂ ਮਨਾਂ ਨੂੰ ਦੁਨੀਆ ਸੋਹਣੀ ਲੱਗਦੀ ਹੈ ਪਰ ਧੰਗੁਰੂ ਨਾਨਕ ਕਲਗੀਆਂ ਵਾਲੇ ਬਾਜਾਂ ਵਾਲੇ ਸਤਗੁਰਾਂ ਦੇ ਹੁਕਮ ਨੂੰ ਮੰਨਣ ਵਾਲਿਆਂ ਨੂੰ ਵਾਹਿਗੁਰੂ ਚੰਗੇ ਲੱਗਦੇ ਹਨ 1 2 3 unto whose mind almighty god e koankar wah guru ji seems sweet sarab sukh ta ho man utha sarab sukh ta ho man utha satguru ji says all players come to abide in his mind ਜਿੰਨੂੰ ਵਾਹਿਗੁਰੂ ਪਿਆਰੇ ਲੱਗਦੇ ਹਨ ਸਾਰੇ ਸੁੱਖ ਉਹਦੇ ਹਿਰਦੇ ਵਿੱਚ ਮਨ ਵਿੱਚ ਆ ਕੇ ਵਸ ਜਾਂਦੇ ਹਨ ਮਨ ਸ਼ਾਂਤ ਹੋ ਜਾਂਦਾ ਹੈ ਸਤਿਗੁਰੂ ਸ਼ਾਂਤੀ ਵਰਤਾ ਦਿੰਦੇ ਹਨ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸਾਰੇ ਸੁੱਖ ਆ ਜਾਂਦੇ ਹਨ ਪੈਦਾ ਹੋ ਜਾਂਦੇ ਹਨ ਜਿੱਥੇ ਪਹਿਲੇ ਦੁੱਖ ਸੀ ਦੁੱਖ ਡੇਰਾ ਚੁੱਕ ਕੇ ਚਲੇ ਜਾਂਦੇ ਹਨ ਸੁਖ ਉਪਜੇ ਬਾਜੇ ਅਨਹਦ ਤੂਰੇ ਆਨੰਦ ਬਣ ਜਾਂਦਾ ਹੈ ਗੁਰਬਾਣੀ ਦੀ ਅਨਹਦ ਧੁਨ ਨਾਲ ਮਨ ਟਿਕ ਜਾਂਦਾ ਹੈ 올 ਪਲੇਜਰਸ ਕਮ ਟੂ ਅਬਾਈਡ ਇਨ ਹਿਸ ਮਾਈਂਡ ਸਾਏ ਸੁਖ ਆ ਕੇ ਡੇਰਾ ਲਾ ਲੈਂਦੇ ਹਨ ਦੁੱਖ ਘਰ ਵਿੱਚੋਂ ਦੇ ਵਿੱਚੋਂ ਚਲੇ ਜਾਂਦੇ ਹਨ ਸੁਖ ਆ ਕੇ ਵਸਣ ਲੱਗ ਪੈਂਦੇ ਹਨ ਜਿੱਥੇ ਪਹਿਲੇ ਦੁੱਖ ਵਸਦੇ ਸੀ ਜਦੋਂ ਦਾ ਗੁਰੂ ਘਰ ਨਾਲ ਜੁੜ ਗਿਆ ਜਦੋਂ ਦਾ ਤੁਹਾਨੂੰ ਗੁਰੂ ਨਾਨਕ ਸਾਹਿਬ ਕਲਗੀਆਂ ਵਾਲੇ ਬਾਜਾਂ ਵਾਲੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਨੂੰ ਮੰਨਣ ਲੱਗ ਪਿਆ ਸੁੱਖਾਂ ਨੇ ਆ ਕੇ ਡੇਰਾ ਲਾ ਲਿਆ ਜਿਸ ਜਨ ਨੇ ਆਪਣਾ ਹੁਕਮ ਮਨਾਇਆ ਜਿਸ ਜਨ ਨੇ ਆਪਣਾ ਹੁਕਮ ਮਨਾਇਆ ਜਿਸ ਜਨ ਨੇ ਆਪਣਾ ਹੁਕਮ ਮਨਾਇਆ ਸਤਿਗੁਰੂ ਜੀ ਸੇਜ਼ ਵੰਨ ਹੂ ਅਬਾਈਡਸ ਬਾਈ ਦਾ ਗੋਡਸ ਵਿਲ ਇਹ ਉਹਨਾਂ ਦੀ ਕਿਰਪਾ ਹੈ ਜਿਹੜੇ ਬੰਦੇ ਕੋਲੋਂ ਜਿਹੜੇ ਮਨ ਕੋਲੋਂ ਵਾਹਿਗੁਰੂ ਜੀ ਆਪਣਾ ਹੁਕਮ ਮਨਾਉਂਦੇ ਹਨ ਉਹ ਮਨ ਹੁਕਮ ਨੂੰ ਮੰਨਦਾ ਵੀ ਹੈ ਜਿੱਥੇ ਵਾਹਿਗੁਰੂ ਰੱਖਦੇ ਹਨ ਜਿੱਥਾ ਰੱਖਾ ਹੈ ਬੈਕੁੰਠ ਤੇ ਥਾਈ ਉਹਨੂੰ ਹੀ ਬੈਕੁੰਠ ਜਾਣਦੇ ਹਨ ਜਿੱਥੇ ਵਾਹਿਗੁਰੂ ਜੀ ਦੇ ਹੁਕਮ ਨਾਲ ਇਸ ਦੁਨੀਆ ਵਿੱਚ ਰਹਿਣਾ ਪੈਂਦਾ ਹੈ ਤੇ ਮੇਲੇ ਵੀ ਸਾਰਾ ਕੁਝ ਜਾਂਦਾ ਹੈ ਜਿਸ ਜਨ ਆਪਣਾ ਹੁਕਮ ਮਨਾਇਆ ਆਪਾਂ ਵੀ ਅਰਦਾਸ ਕਰੀਏ ਸਤਿਗੁਰੂ ਜੀ ਸਾਨੂੰ ਹੁਕਮ ਵਿੱਚ ਰਹਿਣ ਦੀ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਜੀ ਸਾਡਾ ਮਨ ਵੀ ਹੁਕਮ ਵਿੱਚ ਚੱਲਣ ਲੱਗ ਪਵੇ ਉਸਾ ਪੜੀਐ ਅਸੀਂ ਹੁਕਮ ਦੇ ਵਿੱਚ ਰਹਿਣਾ ਪਰ ਦੁਨੀਆਂ ਦੇ ਵਿੱਚ ਆ ਕੇ ਮਨ ਹੁਕਮ ਨੂੰ ਭੁੱਲ ਗਿਆ ਹੈ ਆਗਿਆ ਨੂੰ ਭੁੱਲ ਗਿਆ ਹੈ ਮਨ ਆਪਣੀਆਂ ਮਰਜ਼ੀਆਂ ਕਰਨ ਲੱਗ ਪਿਆ ਹੈ ਦੁਨੀਆਂ ਨੂੰ ਸੁਪਨੇ ਨੂੰ ਸੱਚ ਜਾਣ ਬੈਠਾ ਹੈ ਜਿਸ ਜਾਨੇ ਆਪਣਾ ਹੁਕਮ ਮਨਾਇਆ ਜਿਸ ਜਨ ਆਪਣਾ ਹੁਕਮ ਮਨਾਇਆ ਗੁਰੂ ਮਹਾਰਾਜ ਜੀ ਸਿਸ ਵਨ ਹਬਾਈਡਸ ਬਾਈ ਦਾ ਗੋਡਸ ਬਾਹਗੁਰੂ ਜੀਜ਼ ਵਿਲ ਸਰਬ ਥੋਕ ਨਾਨਕ ਤੈਨੇ ਪਾਇਆ ਸਰਬ ਥੋਕ ਥੋਕ ਕਹਿੰਦੇ ਨੇ ਜਿੰਨੇ ਪਦਾਰਥ ਹਨ ਨਾਨਕ ਓਬਟੇਨਸ ਆਲ ਥਿੰਗਸ ਸਰਬ ਥੋਕ ਨਾਨਕ ਤੈਨ੍ਹ ਪਾਇਆ ਸਰਬ ਥੋਕ ਨਾਨਕ ਤੈਨ੍ਹ ਪਾਇਆ ਸਬੇ ਥੋਕ ਪ੍ਰਾਪਤੇ ਸ਼ਬਦ ਪੜਿਆ ਕਰੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਉਸ ਵਿੱਚ ਸਤਗੁਰੂ ਫਰਮਾਉਂਦੇ ਹਨ ਗੁਰੂ ਮਹਾਰਾਜ ਜੀ ਸਭੇ ਥੋਕ ਪ੍ਰਾਪਤੇ ਜੇ ਆਵੇ ਇਕ ਹੱਥ ਜੇਕ ਵਾਏ ਗੁਰੂ ਜੀ ਤੇਰੇ ਮਾਨ ਵਿੱਚ ਹੋਣ ਤੇਰੇ ਮਨ ਰੂਪੀ ਹੱਥ ਵਿੱਚ ਹੋਣ ਸਰਬ ਥੋਕ ਨਾਨਕ ਤੈਨ ਪਾਇਆ ਸਰਬ ਥੋਕ ਨਾਨਕ ਤੈਨ ਪਾਇਆ ਜਿੰਨੀ ਵੀ ਦੁਨੀਆ ਦੇ ਵਿੱਚ ਪਦਾਰਥ ਹਨ ਨਾਮ ਰੂਪੀ ਪਦਾਰਥ ਵੀ ਹੈ ਉਸ ਨੇ ਲੱਭ ਲੈ ਜਿਸ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਦਇਆ ਹੋ ਜਾਂਦੀ ਹੈ ਜਿੱਦੇ ਤੇ ਰਹਿਮ ਕਰ ਦਿੰਦੇ ਹਨ ਰਹਿਮ ਤੇਰੀ ਸੁਖ ਪਾਇਆ ਉਸ ਨੂੰ ਸੁਖ ਹੀ ਸੁਖ ਮਿਲ ਜਾਂਦੇ ਹਨ ਅੱਜ ਦੀ ਸੇਵਾ ਇੱਥੇ ਤੱਕ ਪਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਜੀਵੀਐਲ ਗੁਰਬਾਣੀ ਸੇਵਾ ਤੋਂ ਸਾਰੀਆਂ ਸੰਗਤਾਂ ਦਾ ਦਾਸ ਆਲ ਵਰਲਡ ਦੀਆਂ ਸੰਗਤਾਂ ਦਾ ਦਾਸ ਕਿਉਂਕਿ ਸੰਗਤ ਵਿੱਚ ਵਾਹਿਗੁਰੂ ਜੀ ਵੱਸਦੇ ਹਨ ਹੁਕਮ ਹਾਨ ਵਿੱਚ ਸੰਗਤ ਹਰ ਪ੍ਰਭ ਵੱਸੇ ਜੀ ਓ ਸਾਰੀ ਸਾਧ ਸੰਗਤ ਵਿੱਚ ਵਾਹਿਗੁਰੂ ਜੀ ਵੱਸਦੇ ਹਨ ਭਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਮੁਖੀ ਵਿੱਚ ਇੰਗਲਿਸ਼ ਵਿੱਚ ਸ਼ਬਦ ਪੜ੍ਹਦੇ ਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਬੰਦਾ ਪੁੱਲਨ ਹਾਰ ਤੁਸਾਨੇ ਬਣਾਇਆ ਹੈ ਪੁੱਲਨ ਵਿੱਚ ਕੀ ਆ ਸਭ ਕੋਈ ਆਪਜੀ ਦੇ ਹੁਕਮ ਹਨ ਕਰਤਾ ਆਪਨਾ ਕੋਲੇ ਤੱਕ ਲਾ ਕੰਨਾ ਸਿਹਾਰੀ ਬਿਹਾਰੀ ਕੋਈ ਵਾਵਲ ਅੱਗੇ ਪਿੱਛੇ ਪੜਿਆ ਗਿਆ ਹੈ ਸਤਿਗੁਰ ਜੀ ਮੈਨੂੰ ਬਖਸ਼ ਦਿਓ ਅੱਗੇ ਤੋਂ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ ਦੀ ਕਿਰਪਾਲਤਾ ਕਰਨੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮੈਂ ਝੋਲੀ ਅੜਦਾ ਹਾਂ ਮੈਨੂੰ ਖਿਮਾ ਕਰ ਦਿਓ ਸੰਗਤ ਬੜੀ ਵੱਡੀ ਹੈ ਵੇਚ ਸੰਗਤ ਹਰ ਪ੍ਰਭ ਵਸੇ ਜੀਓ ਸਾਰੀ ਸੰਗਤ ਵਿੱਚ ਵਾਹਿਗੁਰੂ ਜੀ ਵਸਦੇ ਹਨ ਮੈਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ ਆਪਣੇ ਮਨ ਨੂੰ ਆਖਿਆ ਕਰੋ ਜਪ ਮੰ ਸਤਨਾਮ ਸਦਾ ਸਤਨਾਮ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਮੰਨ ਲਿਆ ਕਰੋ ਜਪਦੇ ਰਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ